ਮੈਂ ਨਾ ਇੱਕ ਬਹੁਤ ਜ਼ਰੂਰੀ ਗੱਲ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨ ਜਾ ਰਹੀ ਹਾਂ, ਕਿਉਂਕਿ ਮੈਨੂੰ ਅਫਸੋਸ ਵੀ ਹੋਇਆ ਉਸ ਗੱਲ ਦਾ। ਮੈਂ ਇੱਕ ਫੰਕਸ਼ਨ ਤੋਂ ਆਈ ਹਾਂ ਵਾਪਸ ਅਤੇ ਮੈਂ ਸੋਚਿਆ ਕਿ ਤੁਹਾਨੂੰ ਸਾਰਿਆਂ ਨੂੰ ਉਹਦੇ ਬਾਰੇ ਦੱਸਾਂ। ਮੇਰੇ ਨਾਲ ਫੇਸਬੁੱਕ 'ਤੇ ਕਾਫੀ ਟਾਈਮ ਤੋਂ ਇੱਕ ਭਾਈ ਸਾਹਿਬ ਐਡ ਨੇ, ਜਸਵੀਰ ਸਿੰਘ। ਕਾਫੀ ਗੁਰਸਿੱਖ ਬੰਦੇ ਲੱਗਦੇ ਸੀ ਉਹ ਮੈਨੂੰ ਵੇਖਣ ਨੂੰ, ਅਤੇ ਉਹਨਾਂ ਨਾਲ ਥੋੜ੍ਹੀ ਸਾਂਝ ਸੀ। 2-2.5 ਸਾਲ ਤੋਂ ਮੇਰੇ ਨਾਲ ਫੇਸਬੁੱਕ 'ਤੇ ਨੇ, ਬਜ਼ੁਰਗ ਨੇ, ਪੜ੍ਹੇ ਲਿਖੇ ਨੇ, ਡਾਕਟਰ ਨੇ, PhD ਨੇ। ਉਹਦਾ ਕਰਕੇ ਉਹਨਾਂ ਨਾਲ ਕਾਫੀ ਜਿਵੇਂ ਕਹਿ ਲਓ ਸ਼ਬਦਾਂ ਦੀ ਸਾਂਝ ਸੀ, ਔਰ ਉਹਨਾਂ ਨੇ ਹਮੇਸ਼ਾ ਕਹਿਣਾ ਤੂੰ ਮੇਰੀ ਬੇਟੀ ਆ, ਤੂੰ ਮੇਰੀ ਧੀ ਆ, ਅਤੇ ਕੋਈ ਵੀ ਗੱਲ ਹੋਵੇ ਤੁਸੀਂ ਮੈਨੂੰ ਦੱਸਿਆ ਕਰੋ, ਮੈਂ ਪ੍ਰੋਬਲਮ ਤੁਹਾਡੀ ਹਰ ਸੋਲਵ ਕਰੂੰਗਾ ਪੁੱਤ, ਵਗੈਰਾ ਵਗੈਰਾ ਤਖੱਲਸ ਵਰਤਨੇ ਨਵੇਂ ਨਵੇਂ। ਕੱਲ ਮੈਨੂੰ ਬੇਹੱਦ ਅਫਸੋਸ ਹੋਇਆ ਜਦੋਂ ਉਹਨਾਂ ਨੇ ਮੈਨੂੰ ਫੋਨ ਕਰਕੇ ਇਹ ਗੱਲ ਕਹੀ ਕਿ ਸਾਡਾ ਜਿਹੜਾ ਇੱਕ ਮਿਸ਼ਨ ਆ ਬੇਟਾ, ਅਸੀਂ ਤੈਨੂੰ ਉਸ ਮਿਸ਼ਨ 'ਚ ਸ਼ਾਮਿਲ ਕਰਨਾ ਚਾਹੁੰਦੇ ਹਾਂ। ਅਤੇ ਮੈਂ ਕਿਹਾ ਵੀ ਬਾਈ ਜੀ ਕਿਹੜਾ ਮਿਸ਼ਨ ਤੁਸੀਂ ਮੈਨੂੰ, ਮਤਲਬ ਕਿ ਇਹਦੇ ਬਾਰੇ ਕੁਛ ਦੱਸੋ, ਮੈਨੂੰ ਕੁਛ ਨਹੀਂ ਸਮਝ ਆਈ ਤੁਹਾਡੀ ਗੱਲ। ਕਹਿੰਦੇ ਕਿ ਬੇਸਿਕਲੀ ਮੈਂ ਇੱਕ ਮਿਸ਼ਨਰੀ ਈਸਾਈ ਹਾਂ, ਅਤੇ ਪੰਜਾਬ ਦੇ ਵਿੱਚ ਮੈਨੂੰ ਭੇਜਿਆ ਗਿਆ ਵਾ ਸਿੱਖ ਬਣਾ ਕੇ। ਕਹਿੰਦੇ ਤੂੰ ਮੇਰੀ ਧੀ ਆ, ਮੈਂ ਤੈਨੂੰ ਤੇਰੇ ਨਾਲ ਮੇਰਾ ਆਪਣਾ ਪਾਣਾ, ਮੈਂ ਤੈਨੂੰ ਤਾਂ ਕਰਕੇ ਇਹ ਗੱਲ ਦੱਸਣਾ ਚਾਹੁੰਦਾ ਵਾਂ ਕਿ ਸਾਡੇ ਮਿਸ਼ਨ ਦੇ ਵਿੱਚ ਇਹ ਆ ਕਿ ਜਿਹੜੇ ਲੋਕ ਅਟਰੈਕਟਿਵ ਨੇ, ਲੋਕਾਂ ਨਾਲ ਜਿਨ੍ਹਾਂ ਦੇ ਵਿੱਚ ਸਹਿਚਾਰ ਆ, ਜਾਂ ਜਿਹੜੇ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਨੇ, ਉਹਨਾਂ ਲੋਕਾਂ ਨੂੰ ਇਕੱਠਾ ਕੀਤਾ ਜਾਵੇ। ਨੰਬਰ 2 ਤੇ ਅਸੀਂ ਇਹ ਚੀਜ਼ ਦੇਖਦੇ ਹਾਂ ਕਿ ਉਹ ਬੰਦਾ ਪੜ੍ਹਿਆ ਲਿਖਿਆ ਹੋਵੇ, ਉਹ ਤਰਕ ਨਾਲ ਗੱਲ ਕਰ ਸਕੇ ਸਟੇਜ ਦੇ ਉੱਤੇ, ਸਟੇਜ ਦਾ ਚੰਗਾ ਬੁਲਾਰਾ ਹੋਵੇ। ਇਹ ਕੁਆਲਿਟੀਆਂ ਅਸੀਂ ਤੁਹਾਡੇ 'ਚ ਦੇਖੀਆਂ ਨੇ ਤਿੰਨੇ। ਇਸ ਕਰਕੇ ਸਾਡਾ ਮਿਸ਼ਨ ਇਹ ਚਾਹੁੰਦਾ ਕਿ ਤੁਸੀਂ ਸਾਡੇ ਲਈ ਕੰਮ ਕਰੋ, ਸਾਡੇ ਲਈ ਜੋਬ ਕਰੋ। ਮੈਂ ਕਿਹਾ ਵੀ ਕੀ ਜੋਬ ਹੋਊਗੀ? ਕਹਿੰਦਾ ਲੋਕਾਂ ਦੇ ਵਿੱਚ ਈਸਾਈ ਧਰਮ ਦਾ ਪ੍ਰਚਾਰ ਕਰਨਾ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਸ ਬੰਦੇ ਦਾ ਉਹਨੂੰ ਗੋਲੀ ਮਾਰਾਂ, ਉਹਦੇ ਸਿਰ 'ਚ ਕੁਛ ਮਾਰਾਂ, ਜਾਂ ਆਪਣਾ ਫੋਨ ਕੰਧ ਨਾ ਮਾਰਾਂ। ਅੱਜ ਤੋਂ 2-2.5 ਸਾਲ ਪਹਿਲਾਂ ਮੈਂ ਇੱਕ ਇਹਨਾਂ ਦੇ ਵਿਰੋਧ ਦੇ ਵਿੱਚ ਪੋਸਟ ਪਾਈ ਸੀ ਵੀ ਇਹ ਲੋਕ ਅਮਰ ਵੇਲ ਵਾਂਗੂ ਵੱਧ ਗਏ, ਅਸੀਂ ਆਪਣੀਆਂ ਪੱਗਾਂ ਲਹਾ ਲੈਂਦੇ ਹਾਂ, ਅਸੀਂ ਆਪਣੀਆਂ ਰਾਜ ਗੱਦੀਆਂ ਲਈ ਲੜਦੇ ਲੜਦੇ ਇੰਨੇ ਗਰਕ ਜਾਂਦੇ ਹਾਂ ਕਿ ਸਾਨੂੰ ਧਰਮ ਨਾਲ ਕੋਈ ਵਾਸਤਾ ਨਹੀਂ ਰਹਿੰਦਾ, ਅਸੀਂ ਆਪਣੇ ਨਿੱਜੀ ਜਿਹੜੇ ਸਾਡੇ ਮੁਫਾਦ ਨੇ, ਨਿੱਜੀ ਸਾਡੇ ਫਾਇਦੇ ਨੇ, ਉਹਨਾਂ ਲਈ ਅਸੀਂ ਅੱਗੇ ਆ ਜਾਂਦੇ ਹਾਂ। ਕੀ ਇਹਨਾਂ ਲੋਕਾਂ ਦਾ ਕੋਈ ਸਾਰਥਕ ਹੱਲ ਨਹੀਂ ਹੋਣਾ ਚਾਹੀਦਾ? ਮੈਂ ਬਹੁਤ ਹੱਥ ਜੋੜ ਕੇ ਨਿਮਰਤਾ ਸਹਿਤ ਉਹਨਾਂ ਨੂੰ ਬੇਨਤੀ ਕੀਤੀ ਕਿ ਬਾਈ ਜੀ ਮੈਂ ਤੁਹਾਨੂੰ ਕਦੇ ਤਾਇਆ ਜੀ ਜਾਂ ਚਾਚਾ ਜੀ ਸਮਝਿਆ ਸੀ, ਇਸ ਕਰਕੇ ਮੈਂ ਤੁਹਾਨੂੰ ਮਾਂ ਭੈਣ ਦੀਆਂ ਗਾਲਾਂ ਨਹੀਂ ਕੱਢ ਸਕਦੀ, ਮੈਂ ਆਪਣੀ ਜ਼ਬਾਨ ਗੰਦੀ ਨਹੀਂ ਕਰ ਸਕਦੀ, ਔਰ ਹੁਣ ਕਿਰਪਾ ਕਰਕੇ ਆਪਣੀ ਗੰਦੀ ਜ਼ਬਾਨ ਨੂੰ ਇੱਥੇ ਬੰਦ ਕਰ ਲਓ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ। ਔਰ ਉਹ ਬੰਦਾ ਮੈਨੂੰ ਕਹਿ ਰਿਹਾ ਕਿ ਸਟਾਰਟਿੰਗ ਤੁਹਾਨੂੰ 30 ਲੱਖ ਸਲਾਨਾ ਪੈਕੇਜ ਤੋਂ ਕਰਾਂਗੇ, 2.5 ਲੱਖ ਰੁਪਇਆ 1 ਮਹੀਨੇ ਦਾ ਸੈਲਰੀ ਬਣਦੀ ਆ। ਇਹ ਲੋਕ ਤੁਹਾਡੀ ਜ਼ਮੀਰ ਇਸ ਹੱਦ ਤੱਕ ਖਰੀਦ ਲੈਂਦੇ ਨੇ ਪੈਸੇ ਸੁੱਟ ਕੇ ਕਿ ਸਾਨੂੰ ਪਤਾ ਵੀ ਨਹੀਂ ਲੱਗਦਾ। ਪਰਮਿੰਦਰ ਕੌਰ ਖੈਰਾ ਵਿਕਾਊ ਨਹੀਂ ਸੀ, ਉਹ ਵਿਕੀ ਨਹੀਂ, ਉਹ ਵਿਕ ਵੀ ਨਹੀਂ ਸਕਦੀ, ਕਿਉਂਕਿ ਇੰਨੇ ਆਪਣੇ ਪਰਿਵਾਰ ਦੇ, ਆਪਣੇ ਖਾਨਦਾਨ ਦੇ ਲੋਕ ਸ਼ਹੀਦ ਕਰਾ ਕੇ ਜੇ 30 ਲੱਖ ਸਲਾਨਾ ਪੈਕੇਜ ਦੇ ਪਰਮਿੰਦਰ ਖੈਰਾ ਵਿਕ ਜੇ ਤਾਂ ਲੱਖ ਲਾਂਤਾ ਮੇਰੇ ਜੰਮਣ ਤੇ। ਪਰ ਉਹਨਾਂ ਲੋਕਾਂ ਦਾ ਕੀ ਜਿਹੜੇ ਵਿਕ ਜਾਂਦੇ ਆ, ਉਹਨਾਂ ਲੋਕਾਂ ਦਾ ਕੀ? ਕਿਰਪਾ ਕਰਕੇ ਸਨਾਤਨੀਏ, ਸਾਡੀ ਸਨਾਤਨ ਧਰਮ ਨਾਲ ਦੁਸ਼ਮਣੀ ਅਸੀਂ ਉਹਨਾਂ ਨਾਲ ਲੜੀ ਜਾਂਦੇ ਹਾਂ, ਉਹਨਾਂ ਦੀ ਮੁਸਲਮਾਨਾਂ ਨਾਲ ਦੁਸ਼ਮਣੀ ਉਹ ਮੁਸਲਮਾਨਾਂ ਨਾਲ ਲੜੀ ਜਾਂਦੇ ਆ, ਅਸੀਂ ਦੋਵਾਂ ਨਾਲ ਲੜੀ ਜਾਂਦੇ ਹਾਂ, ਕਦੇ ਬੇਕਾਰਨ ਹਿੰਦੂਆਂ ਨਾਲ ਲੜ ਲਿਆ, ਕਦੇ ਮੁਸਲਮਾਨਾਂ ਨਾਲ ਲੜ ਲਿਆ,
ਤੁਸੀਂ ਇੱਕ ਗੱਲ ਯਾਦ ਰੱਖਿਓ ਮੇਰੀ, ਮੈਂ ਅੱਗੇ ਵੀ ਪੋਸਟ ਪਾਈ ਸੀ, ਉਹਦਾ ਵਿਰੋਧ ਹੋਇਆ ਸੀ ਕਿ ਗੁਰੂ ਨਾਨਕ ਨੇ ਸਾਂਝੀਵਾਲਤਾ ਦੀ ਗੱਲ ਕੀਤੀ ਆ, ਤੁਸੀਂ ਨਫ਼ਰਤ ਫੈਲਾਉਂਦੇ ਆ, ਪਰ ਇਹਨਾਂ ਲੋਕਾਂ ਤੋਂ ਬਚਣ ਦੀ ਲੋੜ ਆ। ਜੇ ਅਸੀਂ ਆਪਣੀਆਂ ਨਿੱਜੀ ਰੰਜਿਸ਼ਾਂ ਛੱਡ ਕੇ ਇਹਨਾਂ ਦੇ ਖਿਲਾਫ਼ ਨਾ ਲੜੇ ਨਾ, ਤੇ ਪਤਾ ਹੀ ਨਹੀਂ ਕਿੰਨੇ ਕੁ ਤੁਹਾਡੇ ਚੰਗੇ ਚੰਗੇ ਤੁਹਾਡੇ ਬੋਲਣ ਵਾਲੇ ਤੁਹਾਡੇ ਸਟੇਜੀ ਬੁਲਾਰੇ ਇਹਨਾਂ ਖਰੀਦ ਲੈਣੇ ਆ, ਪਤਾ ਨਹੀਂ ਕਿੰਨੇ ਕੁ ਖਰੀਦ ਲਏ ਹੋਣਗੇ। ਕਿਉਂਕਿ ਉਹ ਜਿਹੜਾ ਬੰਦਾ ਗਾਤਰਾ ਪਾ ਕੇ ਦਾੜੀ ਪ੍ਰਕਾਸ਼ ਆ, ਸਾਬਤ ਸੂਰਤ ਸਿੱਖ ਲੱਗ ਰਿਹਾ ਸੀ ਮੈਨੂੰ 2.5 ਸਾਲ ਤੋਂ, ਔਰ ਅਸੀਂ ਕੌਮ ਦੀਆਂ ਗੱਲਾਂ ਕਰ ਰਹੇ ਹਾਂ, ਅਸੀਂ ਹੱਕਾਂ ਦੀਆਂ ਗੱਲਾਂ ਕਰ ਰਹੇ ਹਾਂ, ਅਸੀਂ ਬੰਦੀ ਸਿੰਘਾਂ ਦੀਆਂ ਗੱਲਾਂ ਕਰ ਰਹੇ ਹਾਂ, ਔਰ ਉਹ ਬੰਦਾ 2.5 ਸਾਲਾਂ ਬਾਅਦ ਆ ਕੇ ਮੈਨੂੰ ਕਹਿ ਰਿਹਾ ਕਿ ਮੈਂ ਈਸਾਈ ਮਿਸ਼ਨਰੀ ਹਾਂ, ਔਰ ਮੈਂ ਤੁਹਾਨੂੰ 2.5 ਸਾਲ ਤੋਂ ਓਬਜ਼ਰਵ ਕਰ ਰਿਹਾ ਸੀ ਕਿ ਸਾਡਾ ਮਿਸ਼ਨ ਕਹਿੰਦਾ ਸੀ ਕਿ ਇਹ ਮੈਡਮ ਬਹੁਤ ਪ੍ਰਭਾਵਸ਼ਾਲੀ ਆ, ਇਹਨਾਂ ਦੀ ਗੱਲ ਲੋਕ ਸੁਣਦੇ ਆ, ਇਹਨਾਂ ਦੀ ਗੱਲ ਲੋਕ ਮੰਨਦੇ ਆ, ਇਹਨਾਂ ਨੂੰ ਆਪਣਾ ਬਣਾ ਲਿਆ ਜਾਵੇ ਬ੍ਰਾਂਡ। ਹੁਣ ਤੁਸੀਂ ਇੱਕ ਗੱਲ ਦੇਖੋ, ਉਹ ਬੰਦਾ ਮੈਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਬੇਸ਼ੱਕ ਸਿੱਖ ਰਹੋ, ਫਿਰ ਕੀ ਆ, ਇਹਨੂੰ ਨੌਕਰੀ ਸਮਝ ਕੇ ਕਰ ਲਓ। ਉਹਨਾਂ ਦੀ ਸੋਚ ਦੇਖੋ ਕਿਸ ਹੱਦ ਤੱਕ ਗਿਰੀ ਹੋਈ ਆ, ਸਿੱਖਾਂ ਨੂੰ, ਸਿੱਖਾਂ ਦੇ ਚੰਗੇ ਬੁਲਾਰਿਆਂ ਨੂੰ, ਚੰਗੇ ਵਕਤਾਂ ਨੂੰ, ਚੰਗੇ ਸਰੋਤਿਆਂ ਨੂੰ ਖਰੀਦਿਆ ਜਾ ਰਿਹਾ। ਬੇਹੱਦ ਅਫਸੋਸ ਆ ਉਸ ਬੰਦੇ ਦਾ, ਤਾਂ ਮੈਂ ਜੋ ਕਰੂੰਗੀ ਉਹ ਮੈਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ, ਪਰ ਤੁਹਾਡੇ ਨਾਲ ਇਹ ਗੱਲ ਤਾਂ ਸਾਂਝੀ ਕੀਤੀ ਹੈ ਕਿ 2.5 ਸਾਲ ਪਹਿਲਾਂ ਮੇਰੀ ਪੋਸਟ ਤੇ ਬਹੁਤ ਵਿਰੋਧ ਹੋਇਆ ਸੀ ਕਿ ਅਸੀਂ ਸਾਂਝੀਵਾਲਤਾ ਦੀ ਗੱਲ ਨਹੀਂ ਕਰਦੇ। ਕਿਹੜੀ ਸਾਂਝੀਵਾਲਤਾ ਦੀ ਗੱਲ ਕਰੀਏ, ਤੁਸੀਂ ਸਟੇਜਾਂ ਦੇ ਉੱਤੇ ਤੰਤਰ ਮੰਤਰ ਵਿਖਾ ਕੇ, ਤੁਸੀਂ ਮੁਰਦੇ ਜਿਉਂਦੇ ਕਰਨ ਦੀ ਐਕਟਿੰਗ ਕਰ ਕਰਕੇ ਲੋਕਾਂ ਨੂੰ ਮੂਰਖ ਬਣਾ ਕੇ ਆਪਣੇ ਨਾਲ ਜੋੜ ਰਹੇ ਹਾਂ, ਕੀ ਇਸ ਵਹਿਮ ਭਰਮ ਦਾ ਵਿਰੋਧ ਹੁਣ ਤਰਕਸ਼ੀਲ ਕਰ ਨਹੀਂ ਸਕਦੇ? ਹੁਣ ਸੁੱਤੇ ਪਏ ਆ, ਕਿਸੇ ਦਾ ਧਿਆਨ ਨਹੀਂ ਇੱਧਰ। ਇਹਨਾਂ ਲੋਕਾਂ ਨੇ ਇਸ ਹੱਦ ਤੱਕ ਸਾਡੀਆਂ ਜੜਾਂ ਚ ਬੈਠ ਜਾਣਾ ਵਾ ਕਿ ਆਉਣ ਵਾਲੇ ਸਮੇਂ ਚ ਅਸੀਂ ਨਾ ਸਿੱਖ ਰਹਿਣਾ, ਨਾ ਅਸੀਂ ਹਿੰਦੂ ਰਹਿਣਾ, ਨਾ ਮੁਸਲਮਾਨ ਰਹਿਣਾ, ਸਾਰੇ ਮੁਲਕ ਨੇ ਈਸਾਈ ਬਣ ਜਾਣਾ। ਕਿਰਪਾ ਕਰਕੇ ਮੇਰੀ ਗੱਲ ਨੂੰ ਸੋਚਿਓ ਜ਼ਰੂਰ। ਇੱਕ ਚਲੋ ਮੈਂ ਇੱਕ ਨਹੀਂ ਵਿਕਾਊ, ਮੈਂ ਨਹੀਂ ਵਿਕੀ, ਪਰ ਪਤਾ ਨਹੀਂ ਮੇਰੇ ਵਰਗੇ ਕਿੰਨੇ ਖਰੀਦ ਲਏ ਹੋਣਗੇ ਉਹਨਾਂ ਨੇ, ਸੋਚ ਕੇ ਦੇਖਿਓ। ਮੈਨੂੰ ਬੇਹੱਦ ਅਫਸੋਸ ਆ ਕਿ ਮੈਨੂੰ ਇਹ ਗੱਲ ਸ਼ੇਅਰ ਕਰਨੀ ਪੈ ਰਹੀ ਆ, ਔਰ ਉਸ ਬੰਦੇ ਦੀ ਜਿਹਦੀ ਮੈਂ ਇੰਨੀ ਇੱਜ਼ਤ ਕਰਦੀ ਸੀ, ਉਹਦੇ ਲਈ ਮੈਨੂੰ ਨਹੀਂ ਪਤਾ ਮੈਂ ਕੀ ਕਵਾਂ ਹੁਣ। ਵਾਹਿਗੁਰੂ ਜੀ ਕਾ ਖਾਲਸਾ।